ਇਸ ਲਈ ਮੈਂ ਖੁੱਲ੍ਹੇ ਚੈਲੇਂਜ ਦਾ ਨਾਮ ਵੀ ਅਨਾਊਂਸ ਕੀਤਾ ਹੈ ਕਿ ਉਹਦੇ ਕੋਈ ਇੱਕ ਵੀ ਬੁੱਕਸ ਕੱਢ ਕੇ ਦਿਖਾਓ ਤਾਂ ਮੈਂ ਉਹਨੂੰ 1,00,000 ਰੁਪਇਆ ਇਨਾਮ ਦੇਣ ਨੂੰ ਤਿਆਰ ਹਾਂ। ਔਰ ਭਗਵੰਤ ਮਾਨ ਦੀ ਵਿੱਚ ਕੋਈ ਅਗਰ ਉਹਦੀ ਕੋਈ ਚੰਗੀ ਗੱਲ ਦੱਸੇ ਔਰ ਉਹਨੇ ਇਲਾਕੇ ਵਾਸਤੇ ਆ ਫਾਇਦਾ ਕੀਤਾ, ਆਹ ਲੋਕਾਂ ਲਈ ਭਲਾਈ ਲਈ ਕੰਮ ਕੀਤਾ ਔਰ ਉਹਦਾ ਰਿਜ਼ਲਟ ਦੇਖਿਆ, ਅਤੇ ਮੈਂ ਉਸ ਨੌਜਵਾਨ ਨੂੰ ਜਾਂ ਉਸ ਬੰਦੇ ਨੂੰ 1,00,000 ਰੁਪਇਆ ਇਨਾਮ ਦਿਆਂਗਾ। ਲੋਕ ਸਭਾ ਚੋਣਾਂ 'ਚ ਹੁਣ ਤੁਸੀਂ ਲੱਖਾਂ ਰੁਪਏ ਦੇ ਇਨਾਮ ਵੀ ਜਿੱਤ ਸਕਦੇ ਹੋ। ਹਾਲਾਂਕਿ ਇਹ ਇਨਾਮ ਇਲੈਕਸ਼ਨ ਕਮਿਸ਼ਨ ਵੱਲੋਂ ਨਹੀਂ ਦਿੱਤੇ ਜਾ ਰਹੇ, ਸਗੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਰਿਸ਼ਤੇਦਾਰਾਂ ਵੱਲੋਂ ਅਜਿਹੇ ਇਨਾਮਾਂ ਦਾ ਐਲਾਨ ਕੀਤਾ ਜਾ ਰਿਹਾ। ਜੀ ਹਾਂ, ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਪਰਮਿੰਦਰ ਸਿੰਘ ਢਿੰਸਾ ਦੇ ਸਹੁਰਾ ਕਵਰਜੀਤ ਸਿੰਘ ਸੰਧੂ ਨੇ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਹਲਕੇ ਦਾ ਕੋਈ ਵੀ ਵੋਟਰ ਪਰਮਿੰਦਰ ਸਿੰਘ ਢਿੰਸਾ 'ਚ ਜੇਕਰ ਕੋਈ ਨੁਕਸਾ ਖਾਮੀ ਕੱਢ ਦੇਵੇਗਾ ਜਾਂ ਸੰਸਦ ਮੈਂਬਰ ਭਗਵੰਤ ਮਾਨ ਦੀ ਕੋਈ ਖੂਬੀ ਦੱਸ ਦੇਵੇਗਾ ਤਾਂ ਉਹਨਾਂ ਨੂੰ 1,00,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਐਲਾਨ ਮੌਕੇ ਉਹਨਾਂ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਪਰਮਿੰਦਰ ਸਿੰਘ ਸਾਰੀ ਆਪਣੀ ਕੰਸਟੀਚੁਐਂਸੀ ਜਾਣਦੀ ਹੈ ਕਿ ਪਰਮਿੰਦਰ ਸਿੰਘ ਕੈਸਾ ਇਨਸਾਨ ਹੈ। ਮੈਂ ਇਸ ਭਰੋਸੇ ਅਤੇ ਵਿਸ਼ਵਾਸ ਨਾਲ ਕਿਹਾ ਕਿ ਉਹਦੇ ਵਿੱਚ ਕੋਈ ਨੁਕਸ ਕੱਢਣਾ ਆਸਾਨ ਗੱਲ ਨਹੀਂ, ਇਸ ਲਈ ਮੈਂ ਖੁੱਲ੍ਹੇ ਚੈਲੇਂਜ ਦਾ ਨਾਮ ਵੀ ਅਨਾਊਂਸ ਕੀਤਾ ਹੈ ਕਿ ਉਹਦੇ ਕੋਈ ਇੱਕ ਵੀ ਨੁਕਸ ਕੱਢ ਕੇ ਦਿਖਾਓ ਤਾਂ ਮੈਂ ਉਹਨੂੰ 1,00,000 ਰੁਪਇਆ ਇਨਾਮ ਦੇਣ ਨੂੰ ਤਿਆਰ ਹਾਂ। ਔਰ ਦੋਵਾਂ ਉਸੇ ਵੇਲੇ ਨਕਦ ਇਨਾਮ ਦਿਆਂਗਾ ਅਗਰ ਉਹਦੇ ਵਿੱਚ ਕੋਈ ਵਾਕਈ ਨੁਕਸ ਕੱਢ ਕੇ ਦਿਖਾਵੇ। ਭਗਵੰਤ ਮਾਨ ਦੀ ਵਿੱਚ ਕੋਈ ਅਗਰ ਉਹਦੀ ਕੋਈ ਚੰਗੀ ਗੱਲ ਦੱਸੇ ਔਰ ਉਹਨੇ ਇਲਾਕੇ ਵਾਸਤੇ ਆ ਫਾਇਦਾ ਕੀਤਾ, ਆਹ ਲੋਕਾਂ ਲਈ ਭਲਾਈ ਲਈ ਕੰਮ ਕੀਤਾ ਔਰ ਉਹਦਾ ਰਿਜ਼ਲਟ ਦੇਖਿਆ, ਅਤੇ ਮੈਂ ਉਸ ਨੌਜਵਾਨ ਨੂੰ ਜਾਂ ਉਸ ਬੰਦੇ ਨੂੰ 1,00,000 ਰੁਪਇਆ ਇਨਾਮ ਦਿਆਂਗਾ। ਇਹ ਗੱਲ ਮੇਰਾ ਕਹਿਣ ਦਾ ਮਕਸਦ ਇਹ ਆ ਕਿ ਦੋਵਾਂ ਕੈਂਡੀਡੇਟ ਦਾ ਫਰਕ ਰਹੇ, ਇੱਕ ਦੇ ਵਿੱਚ ਨੁਕਸ ਨਹੀਂ ਲੱਭਦਾ ਅਤੇ ਇੱਕ ਦੇ ਵਿੱਚ ਚੰਗੀ ਗੱਲ ਨਹੀਂ ਕੋਈ ਲੱਭਦੀ। ਤਾਂ ਸੁਣਿਆ ਤੁਸੀਂ ਇਸ ਵੱਡੇ ਐਲਾਨ ਨੂੰ, ਹਾਲਾਂਕਿ ਅਜਿਹਾ ਸਿਰਫ ਆਪਣੇ ਉਮੀਦਵਾਰ ਨੂੰ ਵਧੀਆ ਸਾਬਿਤ ਕਰਨ ਦੀ ਕੋਸ਼ਿਸ਼ ਦੇ ਤਹਿਤ ਕੀਤੇ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ, ਪਰ ਸਵਾਲ ਇਹ ਹੈ ਕਿ ਜੇਕਰ ਇੰਨਾ ਵੱਡਾ ਐਲਾਨ ਕੀਤਾ ਗਿਆ ਜਿਸ 1,00,000 ਰੁਪਏ ਦੇ ਇਨਾਮ ਦਿੱਤੇ ਜਾ ਰਹੇ ਨੇ, ਜ਼ਰੂਰ ਗੱਲ ਵਿੱਚ ਦਮ ਦੇ ਜ਼ਰੂਰ ਹੋਏਗਾ। ਨਿਰਭਾ ਤੋਂ ਵਿਨੋਦ ਗੋਇਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਦਿਲ ਤੇ ਯਾਪੀ ਵਰਦਾ ਤੇਰਾ ਨਾਮ ਵਟਿਆਰੇ ਨੀ, ਕੱਲ ਰਾਤੀ ਮੈਂ ਲਿਖਤਾ ਤੇਰਾ ਨਾਮ ਬਨੇਰੇ ਤੇ, ਮੁੰਡਾ ਦਿਲ ਤੇ ਯਾਪੀ ਬੈਠਾ ਤੇਰਾ ਨਾਮ ਵਟਿਆਰੇ। ਕੀ ਤੁਸੀਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ? ਕੀ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ? ਕੀ 6-5 ਬੈਂਡ 'ਤੇ ਤੁਹਾਡਾ ਦਾਖਲਾ ਨਹੀਂ ਹੋ ਰਿਹਾ? ਅਤੇ ਅੱਜ ਹੀ ਪਿਰਾਮਿਡ ਈ ਸਰਵਿਸ ਨਾਲ ਰਾਬਤਾ ਕਰੋ 92,563 92,563 'ਤੇ ਕਾਲ ਕਰਕੇ ਆਸਟ੍ਰੇਲੀਆ ਸਟੂਡੈਂਟ ਬਾਰੇ